Oh,
ਪਾਕਿਸਤਾਨ ਸਿੰਘ ਸਮੁੰਦਰ ਸਰਦਾਰ ਗੁਰਦੀਪ ਸਿੰਘ ਆਪ ਜੀ ਦੇ ਬੇਟੇ ਅਨੁਸਾਰ ਮਾਤਰੂ ਦੀ ਯਾਤਰਾ ਵਿੱਚ ਆਏ ਸਨ। ਆਪ ਜੀ ਦੁਆਰਾ ਦਿੱਤੀ ਹੋਈ ਸੰਸਥਾ ਦੀ ਪੂਰੀ ਕਰਦੇ ਹੋਏ ਛੋਟੀ ਅਵਸਥਾ ਵਿੱਚ ਇਸ ਮਾਤਰ ਨੂੰ ਛੱਡ ਕੇ ਤੁਹਾਨੂੰ ਕਬਲ ਕਰਕੇ ਸਮੁੰਦਰ ਛੱਡ ਕੇ ਆਉਂਦੇ ਹਨ। ਆਪ ਜੀ ਨੇ ਇਹ ਗੱਲ ਕਰਦੇ ਸੇਵਕਾਂ ਦੇ ਦੋ ਅਨੁਰੋਧ ਕਰਦੇ ਰੱਖਦੇ ਆਏ ਵੀ ਸਮੁੰਦਰ ਗੁਰ ਸਿੱਖਾਂ ਦੀ ਹਾਜ਼ਰੀ ਦੱਸਦੇ ਪ੍ਰਵਾਨ ਕਰਨੀ ਦੇ ਭਾਵਾਂ ਦੇ ਦੱਸਦੇ ਪ੍ਰਵਾਨ ਕਰਨੀਆਂ बेटे एक मिनट रुक जाओ बेटे एक मिनट वेट करो एक मिनट सर एक मिनट एक मिनट सर सर एक मिनट वेट करो
आज आज गांधी इधर Oh, God.
Thank you.
Tera paana var
Hallelujah.
ਸਾਨੂੰ ਇਹ ਸੋਝੀ ਮਿਲਦੀ ਹੈ, ਸਾਨੂੰ ਭਾਣਾ ਮੰਨਣਾ ਹੀ ਪੈਣਾ ਹੈ, ਜਿਸ
ਡਾਕਟਰ ਸਿਓ ਨਾਹੀ ਚਾਰਾ ਤਾਂ ਤੋ ਕੀਜੈ ਸਤ ਨਮਸਕਾਰ। ਕੇਲੋ ਦੇ ਕੇਲੋ ਸਾਡੇ ਕੋਲ ਪੁਸਤਕਾਲ ਤੋਂ ਦੇ ਅੱਗੇ ਨਮਸਕਾਰ ਕਰਦੇ ਹਾਂ। ਆਪੇ ਹਰ ਕਲਮ ਹੈ ਆਪੇ ਮੁਖ ਰੰਗੀ ਜੋ ਦਿਸ ਭਾਵੈ ਨਾਨਕਾ ਸਾਡੀ ਕਲ ਚੰਗੀ ਪਾਤਸ਼ਾਹ ਤੂੰ ਭਾਣਾ ਵਰਤਾ ਦਿੱਤਾ ਤੇਰੇ ਕੀ ਸਮਰੱਥਾ ਹੈ ਪਰ ਤੂੰ ਕਿਰਪਾ ਕਰ ਤੂੰ ਰਹਿਮਤ ਕਰ ਤੂੰ ਸਮਰੱਥਾ ਬਖਸ਼ ਸਾਨੂੰ ਤੇ ਭਾਣਾ ਵਰਤ
Thank you.
ਕੁਝ ਪਾਉਂਦੇ ਅਸਹਿ
ਪੱਤੀ ਪੱਕਦਾ ਹੈ। ਸਾਡੀ ਸਮਰਥਨ ਨੇ ਪਰ ਕੀਤਾ ਕੁਝ ਨਹੀਂ ਕਰ ਸਕਦਾ। ਆਪੇ ਹੱਥ ਕਰਾ ਦਿੰਦਾ ਹੈ, ਆਪੇ ਜੋ ਇਸ ਭਾਵ ਹੈ ਸਾਸਰ ਵਿੱਚ
ਸਾਤਿ ਜੋ ਸ਼ਕੇ ਆਪੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜਿਹੜਾ ਬਚਾਓ ਪੁੱਤਰ ਹੁਕਮਨਾਮਾ ਸੁਣਾ ਕੇ ਸੰਗਤ ਨੂੰ ਕਿਰਪਾ ਕਰੋ ਜੀ ਹੁਕਮਨਾਮੇ ਅਨੁਸਾਰ ਕਰਨ ਦਾ ਫਾਸ ਕਰੋ ਗੁਰਬਾ ਬਖਸ਼ਣਾ ਜੀ ਸੇ ਪੌੜੀਆਂ ਆਮ ਸਤੀ ਕੀ ਅਰਦਾਸ ਅਕਰ ਵਾਤਾ ਕਰਤਾ ਪੁਰ ਜੋ ਮਾਫ ਕਰਨੀ ਸੁਰਪੁਰ ਦੇ ਨਾਮ ਦਿੱਤੇ ਆਵੇ ਸੇ ਪੜ੍ਹਦੇ ਸੁਣਦੇ ਸਰਬੰਦ ਆਵੇ
ਬਹੁਤ ਵੱਡੇ ਦਰਦ ਬਹੁਤ ਹੀ ਦੁੱਖ ਔਰ ਵਿਛੋੜੇ ਦੇ ਪੀੜਾ ਦੇ ਨਾਲ ਭਰੇ ਹੋਏ ਮਨ ਨਾਲ ਬੈਠੀ ਗੁਰੂ ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਬਾਨ ਕੋਈ ਸਬਦ ਪ੍ਰਚਾਰਨ ਦੇ ਸਮਰੱਥ ਨਹੀਂ, ਬੜਾ ਹੀ ਦੁੱਖ ਦਾ ਮੁਕਾਮ ਹੈ, ਬੜਾ ਗਮ ਦਾ ਸਮਾਂ। ਗੁਰਸ਼ਾਨ ਮਹਿਜ 17 ਸਾਲ ਦੀ ਉਮਰ ਚ ਇੱਕ ਫੁੱਲ ਬਣਨ ਤੋਂ ਪਹਿਲਾਂ ਕਲੀ ਸਦਾ ਲਈ ਅਨੁਭਵ ਅਜਿਹੀ ਘਟਨਾ ਨੂੰ ਮੇਰੇ ਪਾਤਸ਼ਾਹ ਨੇ ਇੱਕ ਇਸਲਾਮ ਧਰਮ ਦੇ ਫਕੀਰ ਦੀ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ ਅਤੇ ਉਹ ਫਕੀਰ ਕਹਿੰਦਾ ਹੈ, ਫਰੀਦਾ ਦਰਿਆ ਵੇ ਕੰਨੇ ਮਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਅੰਜਨੋ ਅਚੰਤ ਬਾਜ ਪਏ, ਬਾਜ ਪਏ ਤਿਸ ਰੱਬ ਦੇ ਅਤੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚਿੱਤੇ ਸਨ। ਸੋ ਗਾਣੀ ਦਾ ਮੁੱਖੀ ਜਿਹਨਾਂ ਗੱਲਾਂ ਦਾ ਮਨ ਦੇ ਵਿੱਚ ਚਿੱਤ ਚੇਤਾ ਵੀ ਨਹੀਂ ਸੀ, ਜਿਹਨਾਂ ਗੱਲਾਂ ਬਾਰੇ ਤੇ ਕਦੇ ਸੁਪਨੇ ਦੇ ਵਿੱਚ ਕਿਆਸ ਵੀ ਨਹੀਂ ਸੀ ਕੀਤਾ, ਜਿਹਨਾਂ ਗੱਲਾਂ ਦਾ ਕਦੇ ਖਿਆਲ ਵੀ ਨਹੀਂ ਸੀ ਆਇਆ, ਅਫਸੋਸ ਸਦ ਅਫਸੋਸ ਉਹ ਕੁਛ ਵਾਪਰਿਆ ਨਾ ਕਾਬਲੇ ਬਰਦਾਸ਼ਤ ਹੈ ਨਾ ਕਾਬਲੇ ਕਬੂਲ ਹੈ। ਪਰ ਇੱਥੇ ਜਿਸ ਠਾਕਰ ਸਦਾਏ ਚਾਰਾ ਤਾਕੋ ਖਿੱਚੇ ਸਦ ਨਮਸਕਾਰ। ਜਦੋਂ ਕੋਈ ਵਕੀਲ ਦਲੀਲ ਅਪੀਲ ਕੋਈ ਕੁਛ ਨਾ ਕਰ ਸਕਦਾ ਹੋਵੇ ਉੱਥੇ ਫਿਰ ਪਾਣੀ ਤੋਂ ਬਿਨਾਂ ਹੋਰ ਕੁਛ ਨਹੀਂ ਰਹਿ ਜਾਂਦਾ। ਸੋ ਬੜੀ ਦਰਦਨਾਕ ਘਟਨਾ ਹੈ, ਬੜਾ ਬਹੁਤ ਵੱਡਾ ਕੰਮ ਹੈ। ਅੱਜ ਮੈਂ ਸਮਝਦਾ ਸਰਦਾਰ ਸਮਰਾਜ ਸਿੰਘ ਜੀ ਸੰਧੂ ਜੰਮੋੜ ਜਿਹੜੇ ਗੁਰਸ਼ਾਨ ਦੇ ਨਾਮ ਜੀ ਔਰ ਸਰਦਾਰ ਸੁਰਜੀਤ ਸਿੰਘ ਜੀ ਸੰਧੂ ਸਮੁੱਚਾ ਸੰਧੂ ਪਰਿਵਾਰ ਮੈਂ ਸਹਿਦਾ ਵੀ ਅੱਜ ਜੋ ਅਣਹੋਣੀ ਉਸ ਪਰਿਵਾਰ 'ਤੇ ਵਾਪਰੀ ਹੈ ਇਹ ਖੁਦਾ ਕਿਸੇ ਹੋਰ ਪਰਿਵਾਰ 'ਤੇ ਨਾ ਵਾਪਰ। ਗੁਰਸ਼ਾਨ ਦਸਵੀਂ ਦਾ ਸਟੂਡੈਂਟ ਲਿਟਲ ਕਾਮਨ ਸਕੂਲ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਪਣੀ ਪੜ੍ਹਾਈ ਕਰਕੇ ਘਰ ਨੂੰ ਜਾ ਰਿਹਾ ਸੀ। ਤੁਸੀਂ ਸਾਰਿਆਂ ਦੇ ਕਿਉਂਕਿ ਤੁਸੀਂ ਨਜ਼ਦੀਕੀ ਰਿਸ਼ਤੇਦਾਰ ਸਾਕ ਸੰਬੰਧੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਉਹ ਸਾਰਿਆਂ ਨੂੰ ਪਤਾ ਹੈ ਇੱਕ ਘਟਨਾ ਇੱਕ ਪਲ ਦੇ ਵਿੱਚ ਖੁਸ਼ੀ ਸਦੀਆਂ ਲਈ ਕੰਮਾਂ 'ਚ ਬਦਲ ਗਈ। ਉਸ ਬੱਚਾ ਬੜੀ ਤੇਜ਼ੀ ਨਾਲ ਜਿੱਥੇ ਉਹ ਘਰ ਨੂੰ ਜਾ ਰਿਹਾ ਸੀ ਉੱਥੇ ਪਰਿਵਾਰ ਉਹਦਾ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ, ਲੇਕਿਨ ਗੁਰਸ਼ਾਨ ਆਪ ਨਹੀਂ ਘਰ ਦੇ ਵਿੱਚ ਉਹਦੀ ਬੇਜਾਨ ਲਾਸ਼ ਇਸ ਗੱਲ ਦਾ ਦਰਦ ਹੈ, ਇਸ ਗੱਲ ਦੀ ਪੀੜਾ ਹੈ। ਸੋ ਸਰਦਾਰ ਗੁਰਪ੍ਰੀਤ ਸਿੰਘ ਮੈਂ ਜ਼ਿੰਮੇਵਾਰ ਕੇ ਮੱਥਾ ਟੇਕਿਆ, ਮੈਂ ਉਹਨਾਂ ਦੇ ਚਿਹਰੇ ਵੱਲ ਤੱਕ ਰਿਹਾ ਸੀ। ਇੱਕ ਬਹੁਤ ਵੱਡਾ ਮਨ ਦੇ ਵਿੱਚ ਪਤਾ ਨਹੀਂ ਕਿਸ ਗੱਲ ਦੇ ਵਿੱਚ ਉਹ ਆਪਣੇ ਅੱਖਾਂ 'ਚ ਹੰਝੂ ਲੈ ਕੇ ਆਪਣੇ ਪੁੱਤਰ ਦੇ ਸਾਹਮਣੇ ਜਿਹੜੀ ਸਕਰੀਨ ਲੱਗੀ ਹੈ ਉਹਦੀਆਂ ਤਸਵੀਰਾਂ ਵੱਲ ਦੇਖ ਰਹੇ ਸਨ।
ਸ਼ਾਇਦ ਮੈਨੂੰ ਪਤਾ ਵੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੌਣ ਆ ਕੇ ਬੈਠ ਗਿਆ ਕਿਹਨੇ ਮੱਥਾ ਟੇਕਦਾ ਇਹ ਕੁਦਰਤੀ ਇਸ ਗੱਲ ਕੋਈ ਸ਼ੱਕ ਨਹੀਂ ਹੈ ਜਦੋਂ ਇਕੱਲੇ ਇਕੱਲੇ ਪੁੱਤਰ ਹੋਣ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਗੁਜ਼ਰਨਾ ਪਵੇ ਤਾਂ ਇੱਕ ਮੁਸਲਮਾਨ ਫਕੀਰ ਕਹਿੰਦਾ ਹੈ ਕਹਿੰਦਾ ਇੱਕ ਨਾਂ ਦੇ ਪੁੱਤ ਪੁੱਤਾਂ ਕਰ ਪੋਤਰੇ ਇੱਕ ਨਾਂ ਦੇ ਧੀਆਂ ਧੀਆਂ ਕਰ ਦੋਤਰੇ ਇੱਕ ਨਾਂ ਦੇ ਇੱਕ ਜੇ ਉਹ ਵੀ ਜਾਵੇ ਮਰ ਵਜੀਤਾ ਕੌਣ ਆਖੇ ਸਾਹਿਬ ਨੂੰ ਇੰਜ ਨਾ ਇੰਜ ਕਰ ਇਹ ਉਹਨੂੰ ਆਖਣ ਵਾਲਾ ਨਹੀਂ ਜਾਂਦਾ ਉਸ ਗਦਾ ਨੂੰ ਆਖਣ ਵਾਲਾ ਨਹੀਂ ਪਰਮਾਤਮਾ ਇਉਂ ਨਾ ਕਰ ਤੈਨੂੰ ਇਉਂ ਨਹੀਂ ਕਰਨਾ ਚਾਹੀਦਾ ਸੋ ਬੜਾ ਦਰਦ ਬੜੀ ਪੀੜਾ ਉਸ ਮਾਤਾ ਦਾ ਦਰਦ ਗੁਰਪੈ ਕੌਰ ਮਾਵਾਂ ਪਹਿਲਦਾ ਬੜਾ ਬਹੁਤ ਹੀ ਨਰਮ ਹੁੰਦਾ ਬੱਚਿਆਂ ਪ੍ਰਤੀ ਮਾਵਾਂ ਹਮੇਸ਼ਾ ਆਪਣੀ ਔਲਾਦ ਨੂੰ ਆਪਣੇ ਬੱਚੇ ਦਾ ਭਾਗ ਮੰਨਦੀ ਹੈ ਮੈਨੂੰ ਜ਼ਿਕਰ ਹੈ ਮੈਂ ਇੱਕ ਦੋ ਮਿੰਟ ਬਾਅਦ ਮੈਂ ਉਹ ਲੰਮਾ ਸਮਾਂ ਨਹੀਂ ਕਿਉਂਕਿ ਦੁੱਖ ਦਾ ਸਮਾਂ ਹੈ ਪਿਛਲੇ 5 ਵਰੇ ਪਹਿਲਾਂ ਦੀ ਗੱਲ ਹੈ ਇਸੇ ਤਰ੍ਹਾਂ ਜਿਵੇਂ ਗੁਰਸ਼ਾਨ ਦਾ ਹਾਦਸਾ ਹੋਇਆ ਇਸੇ ਤਰ੍ਹਾਂ ਇੱਕ ਹਰੀਕਾ ਦਾ ਪਰਿਵਾਰ ਸੀ ਸਰਦਾਰ ਨਛੱਤਰ ਸਿੰਘ ਦਾ ਪਰਿਵਾਰ ਉਹਦੇ ਬੇਟੇ ਦਾ ਨਾਮ ਸੀ ਲਵਲੀ 10ਵੀਂ 'ਚ ਹੀ ਉਹ ਪੜ੍ਹਦਾ ਸੀ ਅਤੇ ਉਹ ਵੀ ਇਸੇ ਤਰ੍ਹਾਂ ਇੱਕ ਟਰਾਲੀ ਖੜੀ ਸੀ ਧੁੰਦ ਦੇ ਵਿੱਚ ਲੱਕੜ ਦੀ ਭਰੀ ਅਤੇ ਮੋਟਰਸਾਈਕਲ 'ਤੇ ਉਹਦਾ ਹਾਦਸਾ ਹੋ ਗਿਆ ਬੱਚੇ ਦੀ ਮੌਤ ਹੋ ਗਈ ਉਹ ਬੱਚਾ ਮੇਰੇ ਬੱਚਿਆਂ ਨਾਲ ਪੜ੍ਹਦਾ ਸੀ ਮੈਂ ਇਸ ਕਰਕੇ ਕਹਿੰਦਾ ਵੀ ਮਾਵਾਂ ਦਾ ਕਿੰਨਾ ਦਰਦ ਹੁੰਦਾ ਹੈ ਉਹ ਬੱਚਾ ਇਕੱਲਾ ਇਕੱਲਾ ਸੀ ਹੋਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਮੈਨੂੰ ਪਤਾ ਹੈ ਕਿ ਉਸ ਕਰਕੇ ਮੈਂ ਉੱਥੇ ਅਫਸੋਸ ਕਰਨ ਵੀ ਗਿਆ ਅਤੇ ਜਦੋਂ ਉਹਨਾਂ ਦੀ ਉਹ ਬੱਚੇ ਦੀ ਮਾਂ ਉਹਦੇ ਨਾਲ ਪੇਕੇ ਸੀ ਇੱਥੇ ਮੈਂ ਬੰਦਰ ਉਹ ਹਰ 8ਵੇਂ ਦਿਨ ਆ ਕੇ ਸਾਡੇ ਬੱਚਿਆਂ ਨੂੰ ਮਿਲਦੀ ਅਤੇ ਮੈਂ ਉਹਨਾਂ ਦੀ ਵੇਦਨਾ ਨੂੰ ਉਹਨਾਂ ਦੇ ਚਿਹਰੇ ਤੋਂ ਪੜ੍ਹਦਾ ਰਿਹਾ ਵੀ ਉਹ ਕਹਿੰਦੀ ਵੀ ਮੇਰੇ ਪੁੱਤ ਨਾਲ ਪੜ੍ਹਦੇ ਸੀ ਇਹ ਅਤੇ ਮੈਨੂੰ ਇਹਨਾਂ ਨਾਲ ਮਿਲਣ ਨਾਲ ਕੁਛ ਨਾ ਕੁਛ ਮੇਰੇ ਮਨ ਨੂੰ ਤਾਰਸ ਮਿਲਦੀ ਹੈ ਦੇਖੋ ਕਿੱਥੋਂ ਤੱਕ ਚਲੀ ਜਾਂਦੀ ਹੈ ਕਹਾਣੀ ਸੋ ਅੱਜ ਬੜਾ ਦਰਦ ਹੈ ਉਸ ਮਾਂ ਦਾ ਤਾਏ ਨੇ ਗੁਰਸੇਵ ਗੁਰਲਾਲ ਔਰ ਨਾਨਕਾ ਪਰਿਵਾਰ ਜਿਨ੍ਹਾਂ ਨੂੰ ਆਪਣੇ ਭਾਣਦਿਆਂ 'ਤੇ ਆਪਣੇ ਦੋਹਤਿਆਂ 'ਤੇ ਬੜਾ ਮਾਣ ਹੁੰਦਾ ਹੈ ਸਰਦਾਰ ਸਾਹਿਬ ਉਹ ਨਾਨੀ ਹੈ ਮਾਤਾ ਮਨਜੀਤ ਕੌਰ ਮਾਮਾ ਧਰਮਵੀਰ ਮੈਨੂੰ ਜਦੋਂ ਮੈਂ ਉਸਦਾ ਨਾਮ ਪੁੱਛਿਆ ਉਹ ਨਾਂ ਨਹੀਂ ਦੱਸ ਸਕਿਆ ਬਹੁਤ ਵੱਡਾ ਦਰਦ ਬਹੁਤ ਵੱਡੀ ਪੀੜਾ ਇਹਨਾਂ ਸਾਰੇ ਰਿਸ਼ਤੇਦਾਰ ਸਾਖ ਸੰਬੰਧੀਆਂ ਦੇ ਦਰਦ ਨੂੰ ਪੀੜਾ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਬਿਲਕੁਲ ਅਨੁਭਵ ਕਿੱਸਾ ਦੱਸ ਸਕਦਾ ਮਹਿਸੂਸ ਕੀਤਾ ਜਾ ਸਕਦਾ ਪਰ ਵਾਪਰਿਆ ਬਹੁਤ ਮਾੜਾ ਜੋ ਦਰਦ ਇਹ ਮਰਦਿਆ ਇਹ ਮਾੜਾ ਇਸ ਨੂੰ ਭਾਣਾ ਕਹਿ ਕੇ ਮੈਂ ਕਹਿੰਦਾ ਚੁੱਪ ਕਰਨਾ ਵੀ ਠੀਕ ਨਹੀਂ ਹੈ ਮੇਰੇ ਆਪਣੇ ਜਾਤੀ ਵਿਚਾਰ ਹੈ ਕੁਝ ਭਾਣੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਭਾਣਾ ਮੰਨ ਲੈਣਾ ਚਾਹੀਦਾ ਅਤੇ ਜਿਨ੍ਹਾਂ ਭਾਣਿਆਂ ਦੇ ਵਿੱਚ ਕਿਸੇ ਮਨੁੱਖ ਦੀ ਸ਼ਮੂਲੀਅਤ ਹੋਵੇ ਕਿਸੇ ਮਨੁੱਖ ਦੀਆਂ ਦੀ ਵਜ੍ਹਾ ਕਰਕੇ ਕਿਸੇ ਜ਼ਿੰਮੇਵਾਰ ਲੋਕਾਂ ਦੀ ਵਜ੍ਹਾ ਕਰਕੇ ਉਹ ਹਾਦਸੇ ਵਾਪਰਨ ਤਾਂ ਉਹਨਾਂ ਨੂੰ ਭਾਣਾ ਨਹੀਂ ਕਿਹਾ ਜਾ ਸਕਦਾ ਅੱਜ ਜਪਾਨ ਦੇ ਵਿੱਚ ਜਿਹੜੀ ਔਸਤ ਉਮਰ ਹੈ ਉਹ 90 ਸਾਲ ਤੋਂ ਉੱਪਰ ਲੰਘ ਰਹੀ ਹੈ ਪਰ ਦਰਦ ਅਤੇ ਪੀੜਾ ਦੀ ਗੱਲ ਹੈ ਮੇਰੇ ਦੇਸ਼ ਦੇ ਲੋਕਾਂ ਦੀ ਉਮਰ ਹੈ ਜਿਹੜੀ ਔਸਤ ਉਹ 60 ਤੋਂ ਥੱਲੇ ਆ ਰਹੀ ਹੈ ਐਸੇ ਤਰ੍ਹਾਂ ਦੇ ਐਕਸੀਡੈਂਟ ਐਸੇ ਤਰ੍ਹਾਂ ਬਿਮਾਰੀਆਂ ਦਾ ਨਾ ਇਲਾਜ ਹੋਣਾ ਇਹ ਜ਼ਿੰਮੇਵਾਰ ਲੋਕਾਂ ਲਈ ਸੋਚਣ ਦਾ ਵਿਸ਼ਾ ਹੈ ਕੋ ਅੱਜ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ ਇਹ ਸਮਾਜਿਕ ਗੱਲ ਹੈ ਅਤੇ ਲੋਕਾਂ ਨੂੰ ਸੋਚਣਾ ਪਏਗਾ ਇਹਨਾਂ ਗੱਲਾਂ ਵੱਲ ਕਿੰਨੀ ਦੇਰ ਤੱਕ ਆਪਾਂ ਨੌਜਵਾਨ ਬੱਚਿਆਂ ਦੀਆਂ ਅੰਤਮ ਅਰਦਾਸਾਂ ਇਕੱਠੇ ਹੋ ਕੇ ਭਾਣੇ ਮੰਨਣ ਦੀਆਂ ਗੱਲਾਂ ਕਰਦੇ ਰਹਾਂਗੇ ਜਦੋਂ ਕਿ ਇਹ ਮਨੁੱਖਾਂ ਦੀਆਂ ਗਲਤੀਆਂ ਦਾ ਸਿੱਟਾ ਹੈ ਸੋ ਮੈਂ ਬਹੁਤਾ ਇਸ ਪਾਸੇ ਨਾ ਜਾਵਾਂ ਬੜਾ ਦੁੱਖ ਦਾ ਸਮਾਂ ਹੈ ਇਸ ਦੁੱਖ ਦੇ ਸਮੇਂ ਦੇ ਵਿੱਚ ਸਮੁੱਚੇ ਇਲਾਕੇ ਦੀ ਸੰਗਤ ਆਈ ਹੈ ਮੈਂ ਨਾਵਾਂ ਦੇ ਚੱਕਰ 'ਚ ਪੈ ਗਿਆ ਬੜਾ ਲੰਮਾ ਸਮਾਂ ਲੱਗ ਜਾਏਗਾ ਵਕਤ ਦਾ ਖਿਆਲ ਰੱਖਣਾ ਮੈਨੂੰ ਜੋ ਪਰਿਵਾਰ ਦਾ ਹੁਕਮ ਆਇਆ ਉਹਦੇ ਮੁਤਾਬਕ ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ ਇਸ ਦੁੱਖ ਦੇ ਵਿੱਚ ਵਿਸ਼ੇਸ਼ ਤੌਰ 'ਤੇ ਇੱਕ ਰਿਸ਼ਤੇਦਾਰ ਦੇ ਤੌਰ 'ਤੇ ਵੀ ਔਰ ਸਾਡੇ ਇਲਾਕੇ ਦੇ ਬਹੁਤ ਜ਼ਿੰਮੇਵਾਰ ਲੀਡਰ ਸਾਹਿਬਾਨ ਸਰਦਾਰ ਜਗਜੀਤ ਸਿੰਘ ਜੀ ਹਨੀ ਪੱਤਨ ਵਾਲਾ ਜਿਹੜੇ ਜਨਰਲ ਸਕੱਤਰ ਨੇ ਕਾਂਗਰਸ ਕਮੇਟੀ ਦੀ
ਉਹਨਾਂ ਨੂੰ ਵਿਜਾਸ ਕਰਾਂਗਾ ਅਤੇ ਪਰਿਵਾਰ ਦੇ ਨਾਲ ਇਸ ਵੱਡੇ ਦੁੱਖ ਦੇ ਵਿੱਚ ਹਮਦਰਦੀ ਦਾ ਇਜ਼ਹਾਰ ਕਰਨ ਸਰਦਾਰ ਜਗਜੀਤ ਸਿੰਘ ਜੀ ਨੂੰ ਬਖਸ਼ਣਾ। ਪਵਿੱਤਰ ਸਥਾਨ 'ਤੇ ਅਤਿਅੰਤ ਹੀ ਅਫਸੋਸ ਦੇ ਮੌਕੇ 'ਤੇ ਗੁਰੂ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪੀ ਸਾਧ ਸੰਗਤ ਜੀ ਸਭ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹਾ ਜਾਣਾ ਕਿਉਂ ਮਰੇਂਗੇ, ਕੈਸਾ ਮਰਨਾ ਹੋਏ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਣ ਚਿੱਤ ਨਾ ਚੇਤੇ ਸੰਸੋ ਗਾਲੀ ਰੱਬ ਦੀਆਂ ਦੇ ਮਹਾਂਵਾਕ ਅਨੁਸਾਰ ਸਾਡਾ ਬਹੁਤ ਹੀ ਪਿਆਰਾ ਅਤੇ ਸੋਹਣਾ ਬੱਚਾ ਸਰਦਾਰ ਗੁਰਸ਼ਾਨ ਸਿੰਘ ਸਾਨੂੰ ਸਾਰਿਆਂ ਨੂੰ ਬਹੁਤ ਹੀ ਛੋਟੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਕੇ ਚਲਾ ਗਿਆ। ਪਿੰਡ ਡੋਕ ਦੇ ਇਸ ਸੰਧੂ ਪਰਿਵਾਰ ਨੇ ਜਿਨ੍ਹਾਂ ਨੇ ਪਿੰਡ ਜੰਮੂਆਣਾ ਦੇ ਵਿੱਚ ਆਪਣੀ ਰਿਹਾਇਸ਼ ਕੀਤੀ, ਜ਼ਮੀਨਾਂ ਜਾਇਦਾਦਾਂ ਬਣਾਈਆਂ, ਬਹੁਤ ਹੀ ਵੱਡਾ ਅਸਰ ਰਸੂਖ ਬਣਾਇਆ, ਬਹੁਤ ਹੀ ਇਲਾਕੇ ਦੇ ਵਿੱਚ ਮਲਾਪੜੇ ਸੁਭਾਅ ਵਾਲਾ ਔਰ ਸ਼ਰਾਫਤ ਵਾਲਾ ਪਰਿਵਾਰ ਗਿਣਿਆ ਗਿਆ। ਲੇਕਿਨ ਇਸ ਪਰਿਵਾਰ 'ਤੇ ਅੱਜ ਐਡਾ ਵੱਡਾ ਦੁੱਖਾਂ ਦਾ ਪਹਾੜ ਡਿੱਗਿਆ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਜੇ ਬਾਪ ਦੇ ਪੱਖ ਤੋਂ ਸੋਚਦਾ ਤਾਂ ਮੇਰਾ ਵੀਰ ਗੁਰਪ੍ਰੀਤ ਸਿੰਘ ਸੰਧੂ ਔਰ ਮੇਰੇ ਵੱਡੇ ਭਾਬੀ ਜੀ ਸਰਦਾਰਨੀ ਗੁਰਪ੍ਰੀਤ ਕੌਰ, ਉਹਨਾਂ ਲਈ ਸਮਝ ਲਓ ਸਾਰੀ ਦੁਨੀਆ ਹੀ ਉਜੜ ਗਈ। ਜੇ ਮੈਂ ਦਾਦਿਆਂ ਤੋਂ ਪੱਖ ਤੋਂ ਵੇਖਦਾ, ਮੇਰੇ ਸਤਿਕਾਰਯੋਗ ਮਾਸੜ ਜੀ ਸਰਦਾਰ ਸ਼ਿਵਰਾਜ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ, ਕਿਸੇ ਨੇ ਕਿਹਾ ਕਿ ਮੂਲ ਨਾਲੋਂ ਵਿਆਜ ਪਿਆਰਾ, ਪੁੱਤ ਨਾਲੋਂ ਵੀ ਪੋਤਰੇ ਜ਼ਿਆਦਾ ਪਿਆਰੇ ਹੁੰਦੇ ਆ। ਅੱਜ ਇਸ ਪਵਿੱਤਰ ਜਗ੍ਹਾ 'ਤੇ ਕੋਨੇ ਕੋਨੇ ਦੇ ਵਿੱਚ ਗੁਰਸ਼ਾਨ ਦੀਆਂ ਤਸਵੀਰਾਂ ਲੱਗੀਆਂ ਔਰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਗੁਰਸ਼ਾਨ ਦੀ ਤਸਵੀਰ ਵੱਲ ਝਾਕਿਆ ਨਹੀਂ ਜਾਂਦਾ। ਕਿਸੇ ਸਿਆਣੇ ਨੇ ਕਿਹਾ ਕਿ ਔਲਾਦ ਨਾ ਹੋਵੇ ਇੱਕ ਦੁੱਖ, ਔਲਾਦ ਹੋਵੇ ਅਤੇ ਨਲਾਇਕ ਨਿਕਲ ਜੇ ਦੂਜਾ ਦੁੱਖ, ਅਤੇ ਜੇ ਗੁਰਸ਼ਾਨ ਵਰਗੀ ਔਲਾਦ ਲਾਇਕ ਔਲਾਦ ਹੋਵੇ ਤਾਂ ਸਾਰੀ ਉਮਰ ਦਾ ਦੁੱਖ, ਕਿਉਂਕਿ ਭਰ ਜਵਾਨੀ ਦੇ ਵਿੱਚ ਚਲੇ ਜਾਣਾ ਇਹ ਸਾਰੀ ਉਮਰ ਦਾ ਦੁੱਖ ਗੁਰਸ਼ਾਨ ਦੇ ਕੇ ਗਿਆ। ਬਹੁਤ ਹੀ ਔਖਾ ਪਰਿਵਾਰ ਲਈ ਇਹ ਦੁੱਖ ਝੱਲਣਾ। ਮੇਰਾ ਇਹ ਬਹੁਤ ਹੀ ਕਰੀਬੀ ਰਿਸ਼ਤੇਦਾਰ ਪਰਿਵਾਰ ਆ। ਮੈਂ ਅੱਜ ਆਪਣੇ ਪਤਨਾਲਾ ਪਰਿਵਾਰ ਵੱਲੋਂ ਸਮੁੱਚੇ ਸੰਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦਾ ਕਿ ਸਾਡੇ ਇਸ ਸੋਹਣੇ ਬੇਟੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣਾ ਅਤੇ ਪਿੱਛੇ ਪਰਿਵਾਰ ਨੂੰ ਇਹ ਅਗਿਆ ਅਤੇ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣਾ। ਇੱਥੇ ਇੱਕ ਗੱਲ ਮੈਂ ਇਹ ਜ਼ਰੂਰ ਕਹਿਣੀ ਚਾਹੂੰਗਾ ਕਿ ਜੋ ਉੱਦਮ ਅਸੀਂ ਇੰਨੇ ਵੱਡੇ ਸਾਰੇ ਮੁੱਤਬਰ ਸੱਜਣ ਬੈਠੇ ਉਹ ਨਹੀਂ ਕਰ ਸਕੇ, ਲੇਕਿਨ ਗੁਰਸ਼ਾਨ 'ਤੇ ਚਲੇ ਜਾਣ ਤੋਂ ਬਾਅਦ ਜੋ ਦੁੱਖ ਉਹਦੇ ਸਾਥੀਆਂ ਨੇ ਬਣਾਇਆ, ਸਕੂਲਮੇਟਸ ਨੇ ਬਣਾਇਆ ਔਰ ਜੋ ਜਿੰਨੇ ਵੀ ਆਵਾਰਾ ਪਸ਼ੂ ਆ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ, ਉਹਨਾਂ ਨੂੰ ਸਾਂਭਣ ਦੇ ਲਈ ਜੋ ਅਪਰਾਧ ਆ ਉਹਨਾਂ ਨੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਕੀਤਾ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਉਦਮ ਇਸ ਲਈ ਕੀਤਾ ਕਿ ਸਾਡਾ ਪਿਆਰਾ ਦੋਸਤ, ਸਾਡਾ ਵੀਰ ਤਾਂ ਚਲਾ ਗਿਆ, ਲੇਕਿਨ ਕਿਸੇ ਹੋਰ ਮਾਂ ਪਿਓ ਦਾ ਇਹੋ ਜਿਹਾ ਸੋਹਣਾ ਬੇਟਾ ਨਾ ਜਾ ਸਕੇ। ਸੋ ਮੈਂ ਇਸ ਮੌਕੇ 'ਤੇ ਮੇਰਾ ਫਰਜ਼ ਬਣਦਾ ਹੈ ਰਿਸ਼ਤੇਦਾਰ ਹੋਣ ਦੇ ਨਾਤੇ ਕਿ ਐਡੀ ਵੱਡੀ ਸੰਖਿਆ ਦੇ ਵਿੱਚ ਤੁਸੀਂ ਆ ਕੇ ਸਮੁੱਚੇ ਸੰਧੂ ਪਰਿਵਾਰ ਦਾ ਦੁੱਖ ਘਟਾਉਣ ਦੀ, ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਦੁੱਖ ਸ਼ਬਦਾਂ ਵਿੱਚ ਘਟਾਇਆ ਨਹੀਂ ਜਾ ਸਕਦਾ, ਲੇਕਿਨ ਗੁਰੂ ਮਹਾਰਾਜ ਜਿਹਨੇ ਇਹ ਬੇਟਾ ਸਾਨੂੰ ਦਿੱਤਾ ਉਹ ਸਾਡਾ ਅਨਮੋਲ ਹੀਰਾ ਖੋਲਿਆ। ਐਡੇ ਵੱਡੇ ਜ਼ਖਮ ਮੇਰੇ ਕੋਲ ਤਾਂ ਕੋਈ ਅਲਫਾਜ਼ ਨਹੀਂ ਕਿ ਮੈਂ ਭਰਨ ਦਾ ਕੋਈ ਹਾਂ ਦਾ ਨਾਰਾ ਮਾਰ ਸਕਾਂ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਐਡੇ ਡੂੰਘੇ ਜ਼ਖਮ ਜਿਹੜੇ ਸਾਡੇ ਪਰਿਵਾਰ 'ਤੇ ਹੋਏ ਆ ਇਹ ਜ਼ਖਮ ਘਟਣ, ਕੋਈ ਨਵਾਂ
ਕੋਈ ਨਵਾਂ ਕੋਈ ਨਾ ਕੋਈ ਇਹੋ ਜਿਹਾ ਰਾਹ ਸੱਚੇ ਪਾਤਸ਼ਾਹ ਵਿਖਾਉਣ ਕਿ ਇਹਦੇ ਮਾਂ ਬਾਪ ਔਰ ਇਹਦੇ ਦਾਦਾ ਦਾਦੀ ਸਮੁੱਚਾ ਸਿੰਧੂ ਪਰਿਵਾਰ ਸਮੁੱਚਾ ਨਾਨਕਾ ਪਰਿਵਾਰ ਇਹ ਜ਼ਖਮਾਂ ਨੂੰ ਸਹਿਣ ਕਰਨ ਦੀ ਹਿੰਮਤ ਕਰੇ। ਇੰਨਾ ਕੁਝ ਕਹਿੰਦਾ ਹੋਇਆ ਸੰਮਤ ਸਾਹਾ ਲਿਖਿਆ ਮਿਲਕਰ ਪਾਓ ਤੇਲ ਦਿਓ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਚਮੇਲ। ਵਾਹਿਗੁਰੂ ਜੀ।